ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲਾ ਬਲਦੇਵ ਸਿੰਘ ਉਰਫ ਗੋਰਾ ਪ੍ਰਧਾਨ ਦੇ ਉੱਤੇ 60 ਲੱਖ ਰੁਪਏ ਦੀ ਜ਼ਮੀਨ ਹੜੱਪਣ ਦੇ ਇਲਜ਼ਾਮ ਲੱਗੇ ਹਨ ਪਰ ਇਸ ਸਬੰਧ ਵਿੱਚ ਜਦੋਂ ਬਲਦੇਵ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਉਹ ਖੁਦ ਚਾਹੁੰਦਾ ਹੈ ਕਿ ਪੁਲਿਸ ਇਸ ਦੀ ਜਾਂਚ ਕਰੇ ਤੇ ਜਿਹੜਾ ਇਸ ਕੇਸ ਵਿੱਚ ਗਲਤ ਪਾਇਆ ਗਿਆ ਤੇ ਪੁਲਿਸ ਉਸ ਨੂੰ ਸਜ਼ਾ ਦੇਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਕੋਲ ਦੋਹਾਂ ਪੱਖਾਂ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਤੇ ਜਾਂਚ ਕੀਤੀ ਜਾ ਰਹੀ ਹੈ। ਅਸੀਂ ਬਟੋਏ ਦੇ ਰਹਿਣ ਵਾਲੇ ਜੀ, ਇਹ ਪਿੰਡ ਦੇ ਸੁੱਖ। ਇਹ ਮੇਰੀ ਭੈਣ ਬਣਵਾਈ ਆ ਜੀ। ਅੱਛਾ, ਕੀ ਮਸਲਾ ਹੈ? ਮਸਲਾ ਇਹ ਆ ਜੀ, ਇਹ ਗੁਰਦੁਆਰੇ 3000 ਰੁਪਏ ਤੇ ਨੌਕਰੀ ਕਰਦਾ ਸੀ ਜੀ। ਤੋਂ ਗੋਰੇ ਨਾਂ ਦਾ ਨਾਮ ਆਦਮੀ ਆ ਜੀ, ਜੋ ਬਲਦੇਵ ਸਿੰਘ ਉਹਦਾ ਨਾਂ ਜੀ। ਉਹ ਆਪਦੇ ਆਪ ਨੂੰ ਬੋਲਦਾ ਵੀ ਮੈਂ MLA ਦਾ ਸਾਲਾ ਜੀ। ਉਹ ਧੋਖੇ ਦੇ ਨਾਲ ਇਹਨਾਂ ਦੀ ਜਿਹੜੀ ਜ਼ਮੀਨ ਆ ਜੀ, ਗਹਿਣੇ ਦੀ ਬਜਾਏ ਪੈਸੇ ਦੀ ਰਜਿਸਟਰੀ ਕਰਾ ਗਿਆ। ਹੁਣ ਇਹਨਾਂ ਨੂੰ ਧਮਕੀਆਂ ਦਿੰਦਾ ਵੀ ਜੇ ਤੁਸੀਂ ਕਿਤੇ ਸਰਕਾਰੀ ਦਰਬਾਰੇ ਗਏ ਤੇ ਮੈਂ ਤੁਹਾਡਾ ਕੋਈ ਨੁਕਸਾਨ ਕਰੂੰਗਾ। ਸਰਕਾਰੀ ਦਰਬਾਰੇ ਵੀ ਮੇਰੀ ਆ ਨਾ, ਮੈਨੂੰ ਪੁਲਿਸ ਹੀ ਕੁਝ ਕਰ ਸਕਦੀ ਆ ਤੇ ਨਾ ਤੁਸੀਂ ਕੋਈ ਕਰ ਸਕਦੇ ਜੀ। ਜਿੱਥੇ ਤੁਹਾਡਾ ਜ਼ੋਰ ਲੱਗਦਾ ਲਾ ਲਓ, ਮੈਂ ਤੁਹਾਡੇ ਕੋਠੇ ਵੀ ਢਾਉਣੇ ਆ। ਇਸ ਕਰਕੇ ਜੀ, ਇਹ ਬੱਚਾ ਵੀ ਹੈਂਡੀਕੈਪ ਆ ਤੇ ਜਿਹੜੀ ਨੌਂ ਰਾਣੀ ਉਹ ਵੀ ਹੈਂਡੀਕੈਪ ਆ ਤੇ ਬਣਵਾਈਆ ਸਾਡਾ ਤੇ ਭੈਣ ਸਾਡੀ ਬਿਲਕੁਲ ਸਿੱਧੇ ਆ ਤੇ ਇਹ ਹਾਰਟ ਦੇ ਮਰੀਜ਼ ਆ। ਕੱਲ ਨੂੰ ਕੋਈ ਵੀ ਇਹਨਾਂ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਜਿਹੜਾ ਇਹ ਗੁਰਾ ਪ੍ਰਧਾਨ ਹੋਊਗਾ ਜਾਂ ਪ੍ਰਸ਼ਾਸਨ ਹੋਊਗਾ। ਹੁਣ ਇਹ ਤੇ ਨਾ ਦਿਹਾੜੀ ਕਰਨ ਜੋਗੇ ਆ ਤੇ ਨਾ ਇਹ ਮਰਨ ਜੋਗੇ ਆ। ਇਹ ਤੇ ਗਰੀਬ ਸੜਕ ਤੇ ਬਾਤੇ ਆ। ਲੋਕ ਤੇ ਗੁਰੂ ਘਰ ਦੇ ਵਿੱਚ ਰਹਿ ਗਏ, ਲੰਗਰ ਲਾਉਂਦੇ ਆ, ਗਰੀਬਾਂ ਨੂੰ ਲੰਗਰ ਛਕਾਉਂਦੇ। ਅੱਜ ਉਹਨੇ 5 ਜੀ ਜਿਹੜੇ ਉਹਨਾਂ ਨਾਲ ਮੰਗਣ ਜੋਗੇ ਛੱਡੇ ਪ੍ਰਧਾਨ ਨੇ ਗੋਰੇ ਨੇ, ਤੇ ਨਾ ਉਹਨੇ ਇਹਨਾਂ ਵਿਚਾਰਿਆਂ ਨੂੰ ਦਿਹਾੜੀ ਕਰਨ ਜੋਗਾ ਛੱਡਿਆ। ਪੁਰਸ਼ ਨੂੰ ਤਨਖਾਹ ਦੇ ਗਿਆ। ਗੋਦਵਾਲ ਸਾਹਿਬ ਗਏ ਆ ਜੀ, SHO ਨੇ ਮਾਰ ਕਰਕੇ ਫਤਿਹਾਬਾਦ ਘੱਲੀ ਆ, ਫਤਿਹਾਬਾਦ ਦੇ ਗਏ ਆ ਜੀ। ਉਹਨਾਂ ਪ੍ਰਸ਼ਾਸਨ ਨੇ ਵੀ ਇਹ ਗੱਲ ਆਖੀ ਵੀ ਇਹ ਬਹੁਤ ਧੱਕਾ ਆ ਤੇ ਇਹਨਾਂ ਗਰੀਬਾਂ ਦੀ ਕੋਈ ਸਾਰ ਨਹੀਂ ਲਈ ਅਜੇ ਦੀ। ਵਿਚਾਰੇ ਅੱਜ 6-7 ਦਿਨ ਹੋ ਗਏ ਉੱਥੇ ਤੁਰੇ ਫਿਰਦੇ ਆ ਜੀ। ਨਾ ਇਹਨਾਂ ਕੋਲ ਕਿਤੇ ਜਾਣ ਜੋਗਾ ਕਿਰਾਇਆ ਹੀ ਹੈਗਾ, ਨਾ ਇਹਨਾਂ ਦੇ ਘਰ ਕੋਈ ਸੌਦਾ ਹੀ ਹੈਗਾ। ਇਹਨੇ 3 ਕਿੱਲੇ ਲਿਖਾ ਲਈ ਆ, ਜਿਹੜਾ 3 ਕਿੱਲਿਆਂ ਦਾ 60 ਲੱਖ ਰੁਪਈਆ ਬਣਦਾ। ਦੱਸਣ ਪੈਸੇ ਆਏ ਕਿੱਥੋਂ, ਇਹਦੇ ਕੋਲੋਂ ਕਿੱਥੋਂ ਆਏ, ਇਹਨਾਂ ਨੂੰ ਕਿੱਥੇ ਰੱਖੇ ਦਿੱਤੇ ਜਿਹੜੇ ਨੇ, ਕਿੱਥੇ ਰੱਖੇ ਇਹਨਾਂ ਨੇ ਪੈਸੇ। ਬਹੁਤ ਜ਼ਿਆਦਾ ਧੋਖਾ ਕੀਤਾ ਜੀ, ਜੱਗੋਂ 13ਵੀਂ ਕੀਤੀ ਆ। ਇਹ ਆਪਣਾ ਆਉਂਦਾ ਵੀ ਮੈਂ MLA ਦਾ ਸਾਲਾ ਵਾਂ, ਮੇਰੀ ਸਰਕਾਰ ਆ, ਮੈਂ ਜੋ ਵੀ ਮੇਰੇ ਮਨ ਆਈ ਮੈਂ ਕਰ ਸਕਦਾ। ਤੁਹਾਡਾ ਜਿੱਥੇ ਜ਼ੋਰ ਲੱਗਦਾ ਲਾ ਲਓ, ਮੈਂ ਤੁਹਾਡੇ ਕੋਠੇ ਵੀ ਢਾਉਣੇ ਆ। ਹਾਂਜੀ, ਅਸੀਂ ਇਹ ਰਿਪੋਰਟ ਕਰਨੀ ਆ ਜੀ। ਹੁਣ ਭੁੱਖੇ ਮਰਦਿਆਂ ਦੀ ਰਿਪੋਰਟ ਅਸੀਂ ਨਾ ਕਰਾਂਗੇ ਤੇ ਕੌਣ ਕਰੂਗਾ? ਤੇ ਮਰਦੇ ਅਸੀਂ ਇਹਨਾਂ ਦੇ ਕੋਲ ਆਣ ਕੇ ਬੈਠੇ ਆ, ਇਹ ਯਾਰ ਰੱਖੀ ਫਿਰਦੇ ਕੋਲ ਜੀ। ਵੇਖੋ ਸਰਦਾਰ ਜੀ, ਆਹ ਜਿਹੜੀ ਜ਼ਮੀਨ ਮੈਂ ਲਈ ਆ ਨਾ, ਇਹ 2022 ਸਾਲ ਚ ਪਹਿਲਾ ਮਹੀਨਾ 20 ਤਰੀਕ ਨੂੰ ਲਈ ਆ। ਜੇ ਸਰ ਮੈਂ ਇਹਦੇ ਨਾਲ ਧੋਖਾ ਕੀਤਾ ਵਾ ਜਾਂ ਇਹਨੂੰ ਮੈਂ ਪੈਸੇ ਨਹੀਂ ਦਿੱਤੇ, ਜਦੋਂ ਮੈਂ ਆਹ ਜ਼ਮੀਨ ਦੀ ਰਜਿਸਟਰੀ 15 ਕਨਾਲ ਦੀ ਕਰਾਈ ਆ, ਉਦੋਂ ਬਾਅਦ ਇਹਨੇ ਮੈਨੂੰ 1 ਸਾਲ ਬਾਅਦ ਪੂਰੇ 8 ਕਨਾਲ ਦੀ ਰਜਿਸਟਰੀ ਦੁਬਾਰਾ ਕਰਕੇ ਦਿੱਤੀ। ਜੇ ਮੈਂ ਇਹਦੇ ਨਾਲ ਸਰ ਧੋਖਾ ਕੀਤਾ, 1 ਰੀ ਮੈਂ ਧੋਖਾ ਹੁੰਦਾ ਵਾ ਤੇ 2 ਰੀ ਹੁੰਦਾ ਧੋਖਾ। ਜਦੋਂ ਮੈਂ 1 ਰੀ ਇਹਦੇ ਨਾਲ ਧੋਖਾ ਕੀਤਾ, ਮੇਰੇ ਨਾਲ ਦੋਹਰੇ ਕੀ ਲੈਣ ਗਿਆ? ਗਵਾਹ ਵਿੱਚ ਹੈਗੇ ਆ, ਨੰਬਰਦਾਰ ਆ, ਤਹਿਸੀਲਦਾਰ ਦੇ ਅੰਦਰ ਰਜਿਸਟਰੀ ਹੋਈ, ਇਹਨਾਂ ਪੈਸੇ ਲਏ, ਸਾਰਾ ਕੁਝ ਲਿਆ। ਹੁਣ ਇਹਨਾਂ ਨੂੰ ਕੁਝ ਕੁ ਲੋਕ ਜਿਹੜੇ ਆ ਨਾ, ਉਹ ਆਉਂਦੇ ਕਿ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਪੈਲੀ ਆ ਤੁਹਾਨੂੰ ਵਾਪਸ ਦਵਾ ਦਾਂਗੇ, ਇਹਨੂੰ ਆਪਾਂ ਪੈਸੇ ਵੀ ਨਹੀਂ ਦੇਣੇ, ਆਪਾਂ ਧੱਕਾ ਕਰਦੇ ਹਾਂ। ਸਿਰਫ ਕਾਹਦੇ ਵਾਸਤੇ ਜੀ? ਇੱਕ ਸਿਰਫ ਸਾਡਾ MLA ਘਰ ਦਾ ਵਾ, ਉਹਦਾ ਕਰਕੇ ਮੇਰੇ ਤੇ ਨਜਾਇਜ਼ ਇਲਜ਼ਾਮ ਲਾਉਂਦੇ ਆ। ਬਾਕੀ ਮੈਂ ਪੈਸੇ ਦੇ ਕੇ ਰਜਿਸਟਰੀਆਂ ਕਰਾਈਆਂ ਜੀ, 1 ਸਾਲ ਬਾਅਦ ਰਜਿਸਟਰੀ ਫੇਰ ਕਰਾਈ ਆ। ਕੋਈ ਮੈਂ ਇਹਦੇ ਨਾਲ ਇਹ ਨਹੀਂ ਕੀਤਾ ਕਿ ਗਹਿਣੇ ਦੀ ਕਰਕੇ ਬੈਦ ਹੀ ਕਰਾ ਗਿਆ ਵਾ। ਗਹਿਣੇ ਦੀ ਜਿਹੜੀ ਬੈਦ ਰਜਿਸਟਰੀ ਹੋਈ ਆ ਉਹ ਵੀ ਆ ਵੀ ਬੈਦ ਹੀ ਆ, ਆਹ ਵੀ ਬੈਦ ਹੀ ਆ। ਪਹਿਲਾਂ ਵੀ 1 ਸਾਲ ਪਹਿਲਾਂ ਇਹਨੇ 15 ਕਨਾਲਾ ਜਗ੍ਹਾ ਮੈਨੂੰ ਬੈ ਕੀਤੀ, ਉਦੋਂ ਬਾਅਦ 1 ਸਾਲ ਬਾਅਦ 8 ਕਨਾਲਾ ਜਗ੍ਹਾ ਫਿਰ ਬੈ ਕੀਤੀ। ਪਠਾਨਕੋਟ ਦੇ ਪਿੰਡ ਮਨਵਾਲ ਵਿੱਚ ਹੋਏ ਦੋਹਰੇ ਕਤਲਕਾਂਡ ਵਿੱਚ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਤੇ ਪੁਲਿਸ ਮੁਤਾਬਕ ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ ਤੇ ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਮਰਨ ਵਾਲੇ ਜੋੜੇ ਦੇ 2 ਬੱਚੇ ਇੰਗਲੈਂਡ ਵਿੱਚ ਰਹਿੰਦੇ ਹਨ ਤੇ ਬੇਟੀ ਚੰਡੀਗੜ੍ਹ ਵਿੱਚ ਪੜ੍ਹਾਈ ਕਰਦੀ ਹੈ। ਬਹਰਹਾਲ ਪੁਲਿਸ ਇਸ ਕਤਲਕਾਂਡ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਨਫੋਰਮੇਸ਼ਨ ਮਿਲੀ ਸੀ ਵੀ ਰਾਜਕੁਮਾਰ ਤੇ ਚੰਪਾ ਦੇਵੀ, ਉਹਨਾਂ ਦੀ ਵਾਈਫ, ਜਿਹੜੇ ਮਨਵਾਲ ਦੇ ਰਹਿਣ ਵਾਲੇ ਜਿੱਥੇ ਤੁਸੀਂ ਆਏ ਹੋ, ਉਹਨਾਂ ਦਾ ਮਰਡਰ ਹੋ ਗਿਆ ਸੀ ਅੰਦਰ ਕੋਠੀ ਦੇ। ਔਰ ਰਾਤ ਹੀ ਆਪਾਂ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ, ਹੁਣ ਹਰ ਪਹਿਲੂ 'ਤੇ ਇਨਵੈਸਟੀਗੇਸ਼ਨ ਕਰਕੇ ਮੁਜਰਮਾਂ ਦੀ ਭਾਲ ਕਰਦੇ ਹਾਂ। ਸਰ, ਕੀ ਲੱਗਦਾ ਲੁੱਟਖੋ ਦਾ ਮਾਮਲਾ ਜਾਂ ਕੋਈ ਰੰਜਿਸ਼ ਵਗੈਰਾ? ਦੇਖੋ, ਅਜੇ ਅਸੀਂ ਦੋਨੋਂ ਪਹਿਲੂ ਲੈ ਕੇ ਚੱਲਾਂਗੇ। ਜਿੰਝ ਕੋਈ ਕਲੀਅਰ ਨਹੀਂ ਹੁੰਦਾ ਵੀ ਕੀ ਹੋਇਆ, ਕਿਉਂਕਿ ਰਾਤ ਦੀ ਘਟਨਾ, ਹੁਣ ਦਿਨ ਚੜ੍ਹਿਆ, ਪੁੱਛਗਿੱਛ ਤੋਂ ਸ਼ੁਰੂ ਕਰਦੇ ਕਰਦੇ ਸਾਨੂੰ ਕੀ ਅੱਗੇ ਤੱਥ ਮਿਲਦੇ ਆ ਉਹਦੇ ਮੁਤਾਬਕ ਆਪਾਂ ਕੁਝ ਇੱਥੇ ਗੱਲ ਕਰਾਂਗੇ। ਬਟ ਆਪਾਂ ਦੋਨੋਂ ਪਹਿਲੂ ਨਾਲ ਨਾਲ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ। ਸਰ, ਘਰਦਿਆਂ ਦੇ ਮੁਤਾਬਕ ਕੁਛ ਮਨ ਚੋਰੀ ਵਗੈਰਾ ਵੀ ਹੋਇਆ ਜਾਂ? ਦੇਖੋ, ਅਜੇ ਉਹਦੇ ਘਰ ਦੇ ਵਿੱਚ ਕੋਈ ਉਹਨਾਂ ਦੇ ਨੇਰ ਐਂਡ ਡੇਰ, ਉਹਨਾਂ ਦੀ ਬੇਟੀ ਉਹ ਅਜੇ ਤੱਕ ਕਿੱਥੇ ਪਹੁੰਚੀ ਨਹੀਂ, ਬੇਟੇ ਉਹਨਾਂ ਦੇ ਬਾਹਰ ਹੈ। ਸੋ ਇਸ ਬਾਰੇ 'ਤੇ ਵੀ ਆਪਾਂ ਅਜੇ ਜਦੋਂ ਵੀ ਕਿਸੇ ਨਾਲ ਆ ਰਹੇ ਨੇ, ਕਿਉਂਕਿ ਰਾਤ ਦਾ ਸਮਾਂ ਸੀ, 3-4 ਵੱਜ ਗਏ ਸੀ, ਹੁਣ ਦਿਨ ਚੜ੍ਹਿਆ, ਹੁਣ ਸਾਰਿਆਂ ਨਾਲ ਗੱਲਬਾਤ ਕਰਕੇ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਵਾਂਗੇ। ਹਥਿਆਰ ਵਗੈਰਾ ਕਿਹੜੇ ਵਰਤੇ ਗਏ ਨੇ ਜੀ? ਦੇਖੋ, ਹਥਿਆਰ ਬਾਰੇ ਜੇ ਕਿਉਂਕਿ ਜੇ ਸਿਰ 'ਤੇ ਸੱਟਾਂ ਲੱਗੀਆਂ ਉਹ ਆਪਾਂ ਹੁਣ ਮੈਡੀਕਲ ਓਪੀਨੀਅਨ ਵੀ ਲਵਾਂਗੇ ਕਿਸ ਤਰ੍ਹਾਂ ਦਾ ਵੈਪਨ ਹੋ ਸਕਦਾ। ਸਰਚ ਆਪਾਂ ਜਾਰੀ ਕਰ ਰਹੇ ਹਾਂ, ਬਾਕੀ ਜਿਹੜੀ ਜਿਹੜੀ ਵੀ ਸਾਨੂੰ ਅਜੇ ਇਨੀਸ਼ੀਅਲ ਸਟੇਜ 'ਤੇ ਕਰਨ ਦੀ ਲੋੜ ਆ ਉਹ ਆਪਾਂ
ਪੰਜਾਬ ਵਿੱਚ ਲਗਾਤਾਰ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਤੇ ਇਸ ਬਰਸਾਤ ਨਾਲ ਕਿਸਾਨਾਂ ਨੂੰ ਤੇ ਫਾਇਦਾ ਹੈ ਪਰ ਪਟਾਲਾ ਦੇ ਨਗਰ ਨਿਗਮ ਦਫ਼ਤਰ ਤੇ ਜਨਮ ਮੌਤ ਤੇ ਸਰਟੀਫਿਕੇਟ ਬਣਾਉਣ ਵਾਲੀ ਬ੍ਰਾਂਚ ਦੇ ਦਫ਼ਤਰ ਵਿੱਚ ਨੁਕਸਾਨ ਹੋ ਰਿਹਾ ਹੈ। ਬਰਸਾਤ ਦਾ ਪਾਣੀ ਦਫ਼ਤਰ ਵਿੱਚ ਟਪਕਣ ਕਾਰਨ ਜਨਤਾ ਦਾ ਪੁਰਾਣਾ ਰਿਕਾਰਡ ਖਰਾਬ ਹੋ ਰਿਹਾ ਹੈ। ਅਧਿਕਾਰੀਆਂ ਨੂੰ ਬਣਿਆ ਆਪਣੀ ਨੌਕਰੀ ਦਾ ਖਤਰਾ। ਇਸ ਕਾਰਨ ਬ੍ਰਾਂਚ ਵਿੱਚ 1846 ਤੋਂ ਲੈ ਕੇ ਹੁਣ ਤੱਕ ਦੇ ਜਨਮ ਮੌਤ ਦੇ ਸਰਟੀਫਿਕੇਟ ਦੇ ਰਿਕਾਰਡ ਖਰਾਬ ਹੋ ਚੁੱਕੇ ਹਨ, ਜਿਸ ਕਮਰੇ ਵਿੱਚ ਇਹ ਬ੍ਰਾਂਚ ਚੱਲ ਰਹੀ ਹੈ। ਸਰ, ਇਹਦੇ ਵਿੱਚ ਤੇ ਇਹ ਆ ਵੀ ਜਿਵੇਂ ਤੇ ਆਪ ਆਪਣੇ ਧਿਆਨ ਦੇ ਵਿੱਚ ਹੈਗਾ, ਜਿਵੇਂ ਨਗਰ ਨਿਗਮ ਦੀ ਸਾਰੀ ਹੀ ਜਿਹੜੀ ਆ ਬਿਲਡਿੰਗ ਜਿਹੜੀ ਖਸਤਾ ਹਾਲਤ ਦੇ ਵਿੱਚ ਤੇ ਬਰਸਾਤੀ ਦਿਨਾਂ ਦੇ ਵਿੱਚ ਸਟਾਫ ਦਾ ਜਿਹੜਾ ਬੈਠਣਾ ਜਾਂ ਕਾਰਪੋਰੇਸ਼ਨ ਬਣ ਤੇ ਜਿਹੜੇ ਹੋਰ ਅਧਿਕਾਰੀਆਂ ਦਾ ਵੀ ਆਉਣਾ ਤੇ ਜਿਹੜਾ ਉਹਨਾਂ ਦਾ ਇੱਥੇ ਉਹਨਾਂ ਦਾ ਬੈਠਣ ਦਾ ਜਿਹੜਾ ਕਾਫੀ ਪ੍ਰੋਬਲਮ ਹੈਗੀ ਆ। ਤੇ ਚਲੋ ਸਾਰੇ ਪ੍ਰਸ਼ਾਸਨ ਦੇ ਵਿੱਚ ਸਾਰੇ ਧਿਆਨ ਦੇ ਵਿੱਚ ਹੈਗਾ, ਕਮਿਸ਼ਨਰ ਸਾਹਿਬ ਦੇ ਮੇਅਰ ਸਾਹਿਬ ਦੇ ਵੀ ਧਿਆਨ 'ਚ ਹੈਗਾ। ਜਿਹੜੀ ਡੈਥ ਬਰਥ ਦੇ ਜਿਹੜੀ ਬ੍ਰਾਂਚ ਦੀ ਸੰਬੰਧ ਹੈਗਾ ਜਿਹੜਾ ਉਹਦੇ ਵਿੱਚ ਸਰ ਇਹ ਆ ਵੀ ਇਹ ਪਿੱਛੇ ਜੇ ਵੀ ਸਾਲ ਕੁ ਪਹਿਲਾਂ ਵੀ ਇਹਨਾਂ ਨੂੰ ਰਿਪੇਅਰ ਕਰਾ ਕੇ ਦਿੱਤੀ ਸੀ, ਕਿਉਂਕਿ ਹੁਣ ਘੱਟੋ ਘੱਟ ਜਿਹੜਾ ਸਟਰਕਚਰ ਸਾਡੇ ਕੋਲ ਜਿਹੜੀ ਬਿਲਡਿੰਗ ਹੈਗੀ ਇਹਦੀ ਅਸੀਂ ਰਿਪੇਅਰ ਕਰਾ ਦਿੰਦੇ ਹਾਂ। ਹੁਣ ਵੀ ਜੇ ਕੋਈ ਪ੍ਰੋਬਲਮ ਹੈਗੀ ਆ ਤਾਂ ਕੋਈ ਗੱਲ ਨਹੀਂ, ਆਪਾਂ ਕਰਵਾ ਦਿੰਦੇ ਹਾਂ। ਸਾਲ ਪਹਿਲਾਂ ਕਿੰਨੀ ਲਾਗਤ ਨਾਲ ਰਿਪੇਅਰ ਹੋਈ ਸੀ? ਨਹੀਂ, ਲਾਗਤ ਤਾਂ ਉਹ ਤਾਂ ਮੈਂ ਇੰਜੀਨੀਅਰਿੰਗ ਬ੍ਰਾਂਚ ਕੋਲ ਪਤਾ ਲੱਗ ਕੇ ਮਤਲਬ ਕਰਕੇ ਤੁਹਾਨੂੰ ਦੱਸ ਸਕਦਾ। ਸਰ ਸਾਹਿਬ, ਤੁਹਾਡਾ ਆਪਣਾ ਦਫ਼ਤਰ ਤਾਂ ਬਹੁਤ ਸੋਹਣਾ, ਇਹ ਜਿਹੜਾ ਲੋਕਾਂ ਦਾ ਰਿਕਾਰਡ ਜਿਹਾ ਸਾਂਭੀ ਬੈਠਾ ਏਡਾ ਪੁਰਾਣਾ, ਲੋਕਾਂ ਦੀ ਸਾਰੀ ਜ਼ਿੰਦਗੀ ਇਹਨਾਂ ਰਿਕਾਰਡਾਂ ਉੱਤੇ ਕਾਇਮ ਹੁੰਦੀ ਆ, ਉਹਦਾ ਕੋਈ ਸੁਣ ਸਰ ਗੱਲ ਇਸ ਤਰ੍ਹਾਂ, ਜਿਹੜਾ ਮੇਰੇ ਦਫ਼ਤਰ ਦਾ ਸੰਬੰਧ ਹੈ ਨਾ ਜਿਸ ਤੱਕ ਆ ਥੋੜਾ ਜਿਹਾ ਹੋਰ ਮੀਂਹ ਪੈ ਗਿਆ ਨਾ ਜੀ ਤੇ ਉਹਦੀ ਜਿਹੜੀ ਸੀਲਿੰਗ ਹੈ ਨਾ ਉਹ ਵੀ ਚੋਣ ਲੈ ਪੈਂਦੀ ਹੈ ਸਰ। ਤੇ ਬਾਕੀ ਚਲੋ ਖੈਰ, ਮੈਂ ਇਹ ਤੇ ਆਪਾਂ 1846 ਤੋਂ ਲੈ ਕੇ 2000 ਤੱਕ ਦਾ ਜਿਹੜਾ ਮੈਨੂਅਲ ਰਿਕਾਰਡ ਉਹ ਸਾਰਾ ਅੰਦਰ ਖਰਾਬ ਹੋ ਗਿਆ, ਜ਼ਿੰਮੇਵਾਰ ਕੌਣ ਆ? ਨਹੀਂ, ਜ਼ਿੰਮੇਵਾਰ ਤੇ ਚਲੋ ਕਿਤੇ ਨਾ ਕਿਤੇ ਚਲੋ ਸਾਡਾ ਹੀ ਹੈ, ਮਤਲਬ ਨਗਰ ਨਿਗਮ ਦੀ ਬਣਦੀ ਹੈ ਜੀ, ਪਰ ਇਹ ਆ ਨਾ ਵੀ ਹੁਣ ਜਿਹੜਾ ਸਾਡੇ ਲੈਵਲ ਤੇ ਜਾਂ ਮਤਲਬ ਜਿਹੜਾ ਹੈਗਾ ਕੰਮ ਉਹ ਜਾਂ ਰਿਪੇਅਰ ਵਰਕ ਹੈ ਜਿਹੜਾ, ਹੁਣ ਘੱਟੋ ਘੱਟ ਅਸੀਂ ਤੇ ਇੰਨਾ ਹੀ ਕਰ ਸਕਦੇ ਹਾਂ ਵੀ ਸਮੇਂ ਸਮੇਂ ਤੇ ਇਹਦੀ ਰਿਪੇਅਰ ਕਰਾ ਕੇ ਇਹਨੂੰ ਵਰਤੋਂ ਵਿੱਚ ਲਿਆਂਦਾ ਜਾਵੇ, ਕਿਉਂਕਿ ਸਾਡੇ ਕੋਲ ਜੋ ਹੈਗਾ ਅਸੀਂ ਉਸੇ ਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ ਸਰ। ਤੇ ਬਾਕੀ ਜੇ ਇਹਦੇ ਵਿੱਚ ਕੋਈ ਸਮੱਸਿਆ ਹੈਗੀ ਆ ਤਾਂ ਕੋਈ ਗੱਲ ਨਹੀਂ ਹੈ, ਇੰਚਾਰਜ ਸਾਹਿਬ ਵੱਲੋਂ ਜੇ ਕੋਈ ਧਿਆਨ 'ਚ ਲਿਆਂਦਾ ਜਾਊਗਾ ਉਹ ਆਪਾਂ ਹੁਣੇ ਕੋਈ ਗੱਲ ਨਹੀਂ ਰਿਪੇਅਰ ਕਰਾ ਦਿੰਦੇ ਸਰ। ਦੇਖੋ ਨਾ ਵੀਰ ਜੀ, ਇਹ ਤੁਸੀਂ ਜਦੋਂ ਵੀ ਕੋਈ ਬੱਚਾ ਹੁੰਦਾ ਸਭ ਤੋਂ ਪਹਿਲਾਂ ਡਾਕੂਮੈਂਟ ਬਣਦਾ ਤਾਂ ਜਨਮ ਦਾ ਸਰਟੀਫਿਕੇਟ, ਸਭ ਤੋਂ ਪਹਿਲਾਂ ਡਾਕੂਮੈਂਟ ਜਿਹੜਾ ਵਾ ਮੇਨ ਜਨਮ ਦਾ ਸਰਟੀਫਿਕੇਟ ਬਣੇਗਾ ਤੇ ਉਹਦੇ ਆਧਾਰ ਕਾਰਡ, ਸਕੂਲੇ ਪੜ੍ਹਨਾ, ਸਾਰੇ ਕੰਮ ਉਹਦੇ ਫਿਰ ਹੀ ਆਉਣਗੇ। ਅਤੇ ਜਦੋਂ ਜਨਮ ਦਾ ਰਿਕਾਰਡ ਹੀ ਨਹੀਂ ਬਚਿਆ ਤਾਂ ਫਿਰ ਤੁਸੀਂ ਕਿੱਥੋਂ? ਇੱਥੇ 1846 ਤੋਂ ਲੈ ਕੇ ਅਤੇ ਹੁਣ ਤੱਕ ਦਾ ਰਿਕਾਰਡ ਆ, ਕੁਝ ਰਿਕਾਰਡ ਉਰਦੂ 'ਚ ਆ, ਕੁਝ ਪੰਜਾਬੀ 'ਚ ਆ, ਅਤੇ ਹੁਣ ਵਾਲਾ ਜਿਹੜਾ ਕੰਪਿਊਟਰਾਈਜ਼ ਇੰਗਲਿਸ਼ 'ਚ ਆ। ਉਹ ਰਿਕਾਰਡ ਚਲੋ ਹੁਣ ਜਿਹੜਾ ਪੁਰਾਣਾ ਵਾ ਉਹਦੇ ਸੂਚਨਾ ਫਾਰਮ ਜਦੋਂ ਹਸਪਤਾਲਾਂ 'ਚ ਆਉਂਦੇ ਨੇ ਉਹ ਅਸੀਂ ਫਿਰ ਬਾਅਦ 'ਚ ਕਾਰਡ 'ਚ ਚੜ੍ਹਾਉਣ ਕਰਕੇ ਇਹਦੇ ਆਪਣੇ ਰਿਕਾਰਡ 'ਚ ਰੱਖਣੇ ਹੁੰਦੇ ਆ, ਅਤੇ ਰਿਕਾਰਡ 'ਚ ਰੱਖੇ ਜਿਹੜੇ ਉਹ ਬਾਰਿਸ਼ ਕਾਰਨ ਸਾਰੇ ਭਿੱਜ ਕੇ ਖਰਾਬ ਹੋ ਗਏ। ਕਮਰਾ ਦੇਖੋ, ਕਮਰੇ ਦੀ ਹਾਲਤ ਬੜੀ ਮਾੜੀ ਹੈ, ਚਾਹੁੰਦਾ ਹੈ ਕਮਰਾ, ਅੱਜ ਬਾਰਿਸ਼ ਹੋ ਰਹੀ ਹੈ ਨਾ, ਇਹਨੇ 3 ਦਿਨ ਤੱਕ ਇੱਦਾਂ ਹੀ ਰਹਿਣਾ, ਬਾਰਿਸ਼ ਝੜ ਵੀ ਜਾਏਗੀ, 3 ਦਿਨ ਤੱਕ ਇੱਦਾਂ ਚਾਹੁੰਦਾ ਰਹਿਣਾ, ਇਹਦੀ ਇੰਨੀ ਮਾੜੀ ਹਾਲਤ। ਮੈਂ ਪਹਿਲਾਂ ਹੀ ਪਰਮਾਤਮਾ ਦੀ ਕਰੋਪੀ ਦਾ ਸਾਹਮਣਾ ਕਰ ਰਿਹਾ ਤੇ ਅਪਰਾਧਿਕ ਪ੍ਰਵਿਰਤੀ ਦੇ ਖੁਸਰਿਆਂ ਦੇ ਤਸ਼ੱਦਦ ਤੋਂ ਦੁਖੀ ਚੰਡੀਗੜ੍ਹ ਪੁਲਿਸ ਦੀ ਕੋਝੀ ਕਾਰਵਾਈ ਤੋਂ ਦੁਖੀ ਗੰਗਾ ਜਲਦ ਹੀ SSP ਦਫ਼ਤਰ ਦੇ ਬਾਹਰ ਇਨਸਾਫ਼ ਲਈ ਪੱਕਾ ਮੋਰਚਾ ਲਗਾਏਗੀ। ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੀ ਦੁੱਖ ਭਰੀ ਕਹਾਣੀ ਸਾਂਝੀ ਕਰਦਿਆਂ ਗੰਗਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਹੁਣ ਤੱਕ ਮੇਰੇ ਕੇਸ ਵਿੱਚ ਕੋਈ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ ਤੇ ਹੋਏ 2 ਜਾਨਲੇਵਾ ਹਮਲਿਆਂ ਤੋਂ ਬਾਅਦ ਪੁਲਿਸ ਦੀ ਅਨਸਤੁਸ਼ਟ ਕਾਰਵਾਈ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਅਤੇ ਮਨੁੱਖੀ ਅਧਿਕਾਰ ਤੱਕ ਪਹੁੰਚ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਮੈਂ ਤਾਂ ਦੇਖੋ ਬਸ ਕੁਛ ਨਹੀਂ ਜਾਤੀ, ਮੈਂ ਜੈਸੇ ਮਤਲਬ ਦੁਨੀਆ ਮੈਨੇ ਸੁਣਾ ਕਿ ਕੋਰਟ ਮੈਂ ਮੀਡੀਅਮ ਸਾਰਾ ਇਨਸਾਫ਼ ਮਿਲਤਾ ਹੈ, ਉਸੀ ਕੀ ਕਰਕੇ ਮੈਂ ਯਹਾਂ ਪਰ ਆਈ ਹੂੰ। ਮੈਂ ਸੈਕਟਰ ਚੰਡੀਗੜ੍ਹ ਸੈਕਟਰ 25 ਮੈਂ ਰਹਿਤੀ ਥੀ, ਮੈਂ ਆਪਣੇ ਗੁਰੂ ਕੀ ਚੇਲਾ ਥੀ, ਜੈਸੇ ਕਿ ਆਪ ਬੱਚੇ ਹੋਤੇ ਆਪਕੇ ਐਸੇ, ਮੈਂ ਉਨਕੀ ਬੱਚਾ ਥੀ, ਉਨਕੀ ਸੇਵਾ ਵੀ ਮੈਂ ਹੀ ਕਰਤੀ ਥੀ, ਉਨਕੇ ਸਾਥ ਬਧਾਈ ਵੀ ਮੈਂ ਹੀ ਜਾਤੀ ਥੀ, ਠੀਕ ਹੈ। ਮੇਰੇ ਗੁਰੂ ਨੇ ਮੁਝੇ ਇੱਕ ਬਿੱਲ ਬਣਾ ਕਰ ਦਿਆ ਹੈ ਕਿ ਬੇਟਾ ਮੈਂ ਜਿੱਤ ਜੀ ਕਿ ਮੈਂ ਮਾਲਕ ਹੂੰ, ਮੰਨਣ ਕੇ ਬਾਅਦ ਤੂੰ ਮਾਲਕ ਹੈ, ਅਬ ਉਨਕੀ ਡੈਥ ਹੋ ਗਈ ਹੈ ਔਰ ਅਬ ਉਨਕੇ ਪਿੱਛੇ ਮੈਂ ਜਾਤੀ ਹੂੰ, ਤੋ ਉਹ ਮੇਰੇ ਪਿੱਛੇ ਮੇਰੇ ਕੋ ਮਾਰਤੇ ਪੀਟਤੇ ਗੁੰਡਾਗਰਦੀ ਕਰਤੇ, ਮੇਰੇ ਕੋ ਧਮਕੀਆਂ ਦੇਤੇ ਹੈ, ਮੇਰੇ ਕੋ ਖੂਬ ਮਾਰਤੇ ਹੈ ਉਹ ਲੋਕ, ਮੁਝੇ 25 ਸਭ ਜਾਨੇ ਨਹੀਂ ਦੇਤੇ ਹੈ, ਬਸ ਔਰ ਕੁਛ ਨਹੀਂ, ਇਹੀ ਬਾਤ ਹੈ ਹਮਾਰੀ। ਸੋਨਮ ਹੈ, ਬਿਲੋਰੀ ਮਲਾਇਕਾ, ਇਹ ਦੋਨੋਂ ਇੱਕ ਹੀ ਹੈ, ਬਿਲੋਰੀ ਮਲਾਇਕਾ ਇੱਕ ਹੀ, ਸੋਨਮ ਬੂਰਾ ਉਫ ਸੰਦੀਪ ਨੈਨਾ, ਇਹ ਚਾਰੋ ਪੰਜ ਬੰਦੇ ਮੈਨ ਬੰਦੇ ਹੈ। ਇਹ ਡੇਰੇ ਕੋ ਲੈ ਕੇ ਮਾਰਪੀਟ ਕਰਤੇ, ਬੋਲਤੇ ਤੁਮ ਚੰਡੀਗੜ੍ਹ ਮਤ ਰਹੋ, ਯਹਾਂ ਸੇ ਕਹੀਂ ਭਾਗ ਜਾਓ, ਚੰਡੀਗੜ੍ਹ ਮੇਂ ਤੁਮਕੋ ਰਹਿਣੇ ਨਹੀਂ ਦੇਂਗੇ, ਐਸੇ ਹੀ ਬੋਲਤੇ ਹੈ। ਵੈਸੇ ਤਾਂ ਮੈਂ ਆਪਣੇ ਗੁਰੂ ਸਾਹਿਬ ਤੋਂ ਮੈਂ 18 ਸਾਲ ਸੇ ਰਹਿ ਰਹੀ ਹੂੰ, ਪਰ ਅਭੀ ਮੇਰੇ ਕੋ ਇਹ ਕੇਸ 3 ਸਾਲ ਸੇ ਚੱਲ ਰਿਹਾ, ਜੈਸੇ ਮੇਰੇ ਗੁਰੂ ਕੀ ਡੈਥ ਹੋਈ ਹੈ 2020 ਨਵੰਬਰ ਮਹੀਨੇ 2 ਤਾਰੀਖ ਕੋ ਹੋਈ ਹੈ। ਤਿੰਨ ਵਾਰ ਹੋ ਗਈ ਹੈ, ਹਾਂ ਜੀ, ਸਾਨੂੰ ਵੀ ਚੱਕੇ ਕੱਟ ਚੁੱਕੇ ਸਰ, ਪੁਲਿਸ ਪ੍ਰਸ਼ਾਸਨ ਨਾ ਚੰਡੀਗੜ੍ਹ ਕੁਛ ਕਰ ਰਿਹਾ ਹੈ ਨਾ ਪੰਜਾਬ ਕਾ ਕੁਛ ਕਰ ਰਿਹਾ ਹੈ, ਉਲਟਾ ਹਮੇ ਕਹਤੇ ਤੁਮੇ ਚੱਕੇ ਅੰਦਰ ਕਰ ਦੇਂਗੇ, ਬਾਰ ਬਾਰ ਕਮਰੇਡ ਮਤ ਡਾਲਾ ਕਰੋ।
बड़े अधिकारियों से मिले आप? एसएसपी से मिले? हाँ मिली, सतारा में मिली हूँ। क्या कहता है वो? कहते हैं हाँ कोई बात नहीं, हम देख लेंगे, बुला लेंगे, उनको समझा देंगे, बस इतना ही बोल देते हैं, अब कुछ करते नहीं है। अब आप क्या चाहते हैं? गंगा जी आप एरिया छोड़ चुके हैं, चंडीगढ़ छोड़ चुके हैं, पर आप मोहाली में काम कर रहे हैं, फिर भी उनको ऐसे क्या दिक्कत हो रही है? कोई और तो रंजिश तो नहीं है? नहीं ऐसी कोई बात नहीं है, वो बस यही सोचते हैं कि कोई मुद्दा ना उठा ले, ये बिल बना के दे गई मेरी गुरु, ये कागज उनको छीनना चाहते हैं, ये कागज हम देना नहीं चाहते, क्योंकि ये हमारे पे सिर्फ जो हमारे गुरु, जो हमारे गुरुसाई होते हैं ना, हमारे गुरु होते हैं, जो हमारे गुरु होते हैं ना, हमें ये चार आदमियों में बैठ के यही कागज बनता है, तो मेरे गुरु ने मुझे यही कागज बनाकर दिया है और कुछ बनाकर नहीं दिया है, तो इसके पीछे लड़ाई कर रहे हैं, बोलते कागज हमारे को दे दे तो चंडीगढ़ से भाग जा, हम कमाएंगे खाएंगे। हाँ जी कब्जे किया हुआ, डेरे पे भी कब्जे किया। तो सर फिर हम कहाँ जाएंगे? फिर आप हमें जहर दे दीजिए, मर जाएंगे यहाँ पे, बंद करवा दो, मार दो हमारे को, हम कहाँ जाएंगे? आ रहे हैं हम, वही आने वाली बातें कर रहे हैं, ये तो हमें ऐसी बात ऐसा है, अगर हम आज चंडीगढ़ से तो जहर दे दो, गला दबा दो, मेरी बात सुनिए। हाँ जी सर, सर आपका ये मतलब है हम चंडीगढ़ से मोहाली में आ गए, वो मोहाली में आ गए, कल को हम दिल्ली भाग जाते, वहाँ पे हम दिल्ली भी छोड़कर भाग जाएंगे? नगर निगम मोहाली दी कमिश्नर नवजोत कौर ने अज सवेरे 7 बजे मोहाली दे वख-वख खेत्रां दे फील्ड विच काम कर रहे कर्मचारियों की हाजरी ते सफाई प्रबंधा की जांच लई छापेमारी की, जिस बारे नगर निगम कमिश्नर ने कहा कि उन्होंने मोहाली दे वख-वख इलाकों दे शिकायतां मिल रही सन कि सफाई कर्मचारी अपने इलाकों की सफाई नहीं करते, जिस दे चलदे उन्हां वल्लों ये छापेमारी की गई। एक्चुअली इस तरह सीगा कि साडे कोल ना कुछ समय तो शिकायतां आ रही सी रेजिडेंट्स वल्लों कि लोग जिहड़े हैगे शहर दे विच थां थां ते कूड़ा जिहड़ा हैगा अपना सिट जांदे ने, स्पैशली कमर्शियल एरियाज दे विच। सो कल असी जिहड़ा हैगा अपनी टीम नूं लै के फील्ड दे विच गए सी, जिहदे च साडी सारी जिहड़ी सैनिटेशन दी टीम ते इंजीनियरिंग दी टीम साडे नाल गई सीगी। असी विजिट किया फेज़ 7, फेज़ 3B2, फेज़ 5। इस शॉपिंग स्ट्रीट के उत्ते असी देखिया कि थां थां ते सवेरे जिहड़ा हैगा 8 बजे की गल है जदों असी गए सी, ते उत्थे कई जगह ते तां इन्ना ज़्यादा कूड़ा सीगा कि लोगों ने अपनी दुकान के सामने ही, जिवें कोई लैमीनेशन या फोटोस्टैट की दुकान है, तो उन्हें जिहड़ा हैगा रात नूं अपना दुकान बंद करन लग गया, वो सारा जिहड़ा फालतू वेस्ट पेपर सीगा वो सारा अपनी दुकान के सामने ही सिटिया होया सीगा। मतलब इन्नी भी सिविक सेंस साढ़े अंदर नहीं हैगी कि असी जिहड़ा कूड़ा शाम नूं कढ़दे आ भी असी उहनूं या तां डस्टबिन च पाइए या फिर आपां सवेरे जिहड़ा वेस्ट कलैक्टर हैगा डेजिगनेटिड साइट ते लैके जाइए या वेस्ट कलैक्टर नूं हैंडओवर करिए। इस चीज़ नूं देख के सानूं बहुत ही ज़्यादा मतलब ये चीज़ बड़ी ज़्यादा हर्ट भी की, एज ए कारपोरेशन असी इन एफर्ट कर रहे हैं कि असी शहर नूं जिहड़ा हैगा स्वच्छता दे विच उपर लैके आईए, और सिटीजन जिहड़े हैगे इस चीज़ नूं बहुत लापरवाही नाल लै रहे हैं। इस दे दौरान जदों असी विजिट अगे होर जाके की तो कुछ थावां ते लोकां ने सिंपल जिहड़ा हैगा जिवें प्लास्टिक दे लिफाफे सुट्टे हुए ने, अपना ईटरीज ने अपना गारबेज सुट्टिया होया हैगा, कई थावां ते लोकां ने गंदा पानी छड्डिया होया सीगा जिहड़ा कि सड़क ते आ रहा और सड़क नूं डैमेज भी कर रहा सीगा। सो असी मौके ते इस चीज़ का जायजा लिया और असी ये ऑर्डर किए भी अज जिहड़े भी ये स्पैसीफिक लेन दे विच सारा गंद पा रहे सी 7 फेज़ 3B2 ते 5 दे विच सारिया दे विजिट करके देख के असी फोटोग्राफी करके उस तो बाद उन्होंने ने चलान भी कट्टे ने। कल कोई कुल मिला के जिहड़ा हैगा सैनिटेशन विंग वालों 100 चलान कट्टे गए ने, ते तय बाजारी वालों भी कोई 43-45 जिहड़े चलान कट्टे गए ने। चेतावनी के तौर पर ही चलान कट्टे गए हैं ताकि थोड़ा जिहा लोगों नूं जे पिंच हुंदा है फिर अगे वास्ते वह भी ध्यान रखते हैं। असी देखो नॉर्मल जिहड़ी जुबानी चेतावनी है तो पहला भी हर बार जो साडी टीम जाती है वह दिंदी ही रहिंदी है, सानूं समझाती भी रहिंदी है, अवेयरनैस दे जिहड़ी है कि एक्सरसाइज भी की जाती है लोगों नाल, परंतु हुण जिहड़ा हैगा सानूं थोड़ा जिहा सख्ती का जिहड़ा हैगा रुख करना पएगा कारपोरेशन नूं, क्योंकि असी एक तरीके नाल बहुत सारिया अवेयरनेस कर चुके हैं बट हुण असी चलान ते ही आ गए हैं, क्योंकि चलान तो बाद जेकर फिर नहीं कोई मन्नेगा फिर उस तो बाद असी देखांगे कि नैक्सट असी जे अगले उन्हां दा ट्रेड लाइसेंस कैंसल करांगे, जे कोई पर्टिकुलर ट्रेडर फिर भी गल नूं नहीं मन्नेगा ते दैन ट्रेड लाइसेंस कैंसल किया जाएगा। पुलिस नूं लैके भी कोई कार्रवाई की जा रही है अपने वल्लों 3B2 या होर पेज साफ दी मार्केट विच? पुलिस दे विच मेरी कंसर्नड SHO जिहड़े हैगे ने उन्हां नाल गल होई सी कल, उन्हां ने भी मेरे नाल काफ़ी देर डिस्कस किया, उन्हां ने मेरे कोल आना भी हैगा डिस्कस करन लई। बीते दिन ही ADGP ट्रैफिक पंजाब वालों बुलेट के पटाके पाउण वालियां लई सख्त निर्देश जारी किए हैं, तो बुलेट के पटाके पाउण वालियां दे चलान कट्टे जाणगे ते मकैनिक उपर भी कार्रवाई की जाएगी। उन्हां कहा कि बुलेट के सलंसरां नूं बदलवाउण अते पटाके पाउण वालियां उपर सख्ती नाल कार्रवाई की जाएगी ते मोटरसाइकिल सवार तो इलावा मैकेनिक उपर भी कार्रवाई होगी। आदेश दिए गए थे हम जो चलान कटने शुरू कर दिए गए हैं कि चलान जो कटे ये मानजोग हाईकोर्ट के ऑर्डर ना हाँ जी
ਆਪਣੇ ਸੀਨੀਅਰ ਅਫਸਰ ਆਪਣਾ ਨਾਲ ਆਪਾਂ ਇਹ ਸਲੰਦ ਸਰ ਜਿਹੜੇ ਬੁਲਟਨ ਪਟਾਕੇ ਮਾਰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਚਲਾ ਕਰਦੇ ਹਾਂ। ਅੱਛਾ ਜੀ, ਜਿੱਦਾਂ ਹੁਣ ਬੁਲਟ ਦੇ ਪਟਾਕੇ ਪਾਉਣ ਵਾਲਾ ਤੁਸੀਂ ਰੋਕਿਆ ਵਾ, ਕੀ ਬੁਲਟ ਦੇ ਪਟਾਕੇ ਪਾ ਕੇ ਦੇਖੇ ਨੇ ਵੀ ਪੈਨ ਮਾਰਦਾ ਹੀ ਪਟਾਕੇ? ਹਾਂ, ਚੈੱਕ ਕਰੀਏ ਕੀ ਸਰ ਕਿਆ ਨੋਮ ਦਿੰਦੇ ਜਾਂ ਕਿਹੜੇ ਲੋਕਾਂ ਨੂੰ ਕੀ ਸੁਚੇਤ ਕਰਨਾ ਚਾਹੁੰਦੇ ਤੁਸੀਂ ਨੌਜਵਾਨਾਂ ਨੂੰ? ਲੋਕਾਂ ਨੂੰ ਸਰ ਨੌਜਵਾਨ ਇਹ ਕਹਿੰਦੇ ਵੀ ਇਹ ਕੰਮ ਬਹੁਤ ਮਾੜਾ ਆ, ਜਿਹੜੇ ਹਾਰਟ ਦੇ ਮਰੀਜ਼ ਨੇ ਉਹਦੇ ਵਿੱਚ ਪਟਾਕਾ ਮਾਰਦੇ ਕਿਸੇ ਦਾ ਅਟੈਕ ਵੀ ਨਹੀਂ ਸਕਦਾ ਹੈਗਾ, ਆਵਾਜ਼ ਵੀ ਤੁਸੀਂ ਬੰਦ ਕਰੋ, ਨੋਰਮਲ ਰਹੋ, ਹੈਲਮਟ ਪਾ ਕੇ ਚੱਲੋ। ਇਹਨਾਂ ਦਾ ਹੈਲਮਟ ਦਾ ਵੀ ਨਾਲ ਕੀਤਾ ਅਤੇ ਨਾਲ ਸਲੰਸਰ ਲਾਇਆ ਨਾਲ ਸਲੰਸਰ। ਬਹੁਤ ਕਰਦੇ ਆ, ਡੇਲੀ ਕਰਦੇ ਹਾਂ, 10-15 ਡੇਲੀ ਕਰਦੇ ਹਾਂ ਆਪਾਂ। ਸਰ ਕੋਈ ਸਜ਼ਾ ਵੀ ਹੁੰਦੀ ਹੈ ਜੇਕਰ 6 ਮਹੀਨੇ ਸਜ਼ਾ, ਇਸ ਤਰ੍ਹਾਂ ਦਾ ਵੀ ਹੈਗਾ ਸਰ? ਉਹ ਹੈਗਾ ਜਿੱਦਾਂ ਮਕੈਨਿਕ ਜਿਹੜਾ ਨਹੀਂ, ਹੁਣ ਜਿੱਦਾਂ ਇਹਨਾਂ ਦੇ ਅੱਗੇ ਮਕੈਨਿਕ ਚੈੱਕ ਕੀਤੇ ਜਾਣਗੇ? ਹਾਂਜੀ, ਅੱਗੇ ਮਕੈਨਿਕ ਇਨਵੋਲਵ ਕਰਕੇ ਉੱਥੇ ਵੀ ਕਾਰਵਾਈ ਕੀਤੀ ਜਾਊਗੀ। ਸਰ ਕਿਸ ਤਰ੍ਹਾਂ ਦੀ ਸਰ ਕਾਰਵਾਈ ਕੀਤੀ ਜਾਏਗੀ? ਜੀ ਸਰ, ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ? ਉਹ ਉੱਥੇ ਮਕੈਨਿਕ ਦੀ ਆਪਣੇ ਮੋਟਰ ਵਹੀਕਲ ਐਕਟ ਤਹਿਤ। ਹਾਂਜੀ, 6 ਮਹੀਨੇ ਸਰ ਸਜ਼ਾ ਵੀ ਹੈ ਸਰ? ਹਾਂ ਬਿਲਕੁਲ, ਸਜ਼ਾ 6 ਮਹੀਨੇ ਦੀ। ਜਿਹੜੇ ਮਕੈਨਿਕ ਨੇ ਉਹਨਾਂ ਨੂੰ ਕੀ ਸੁਣੇ? ਹਾਂਜੀ, ਸੁਣਿਆ ਉਹਨੂੰ ਇਹ ਆ ਵੀ ਜਿਹੜੇ ਤੁਹਾਡੇ ਕੋਲ ਇੱਦਾਂ ਦੇ ਬੱਚੇ ਲੈ ਕੇ ਆਉਂਦੇ ਆ, ਸਲੰਸਰ ਚੇਂਜ ਨਾ ਕਰੋ, ਉਹਨਾਂ ਨੂੰ ਦੱਸੋ ਵੀ ਇਹਦਾ ਮੈਂ ਵੀ ਬਸ ਪਾ ਸਕਦਾ, ਤੁਸੀਂ ਵਧੋਗੇ ਨਾਲ ਮੈਨੂੰ ਉਲਟਾ ਮੈਨੂੰ ਬਤਾਓਗੇ, ਠੀਕ ਹੈ ਜੀ? ਹਾਂ ਸਰ, ਕਚਹਿਰੀ ਦੇ ਬਾਹਰ ਅੱਜ ਜਿਹੜਾ ਸ਼ਖਸ ਲੰਘ ਰਿਹਾ ਸੀ, ਇਹਨਾਂ ਨੇ ਪਟਾਕੇ ਵੀ ਮਾਰੇ ਬੁਲਟ ਦੇ? ਇਹਨਾਂ ਨੇ ਹੈਲਮਟ ਨਹੀਂ ਲਾਇਆ ਜੀ, ਹੈਲਮਟ ਰੋਕਿਆ ਜਦੋਂ ਦੇਖਿਆ ਆਪਾਂ ਇਹਨੂੰ ਸਟਾਰਟ ਕਰਕੇ ਚੈੱਕ ਕੀਤਾ, ਪਟਾਕੇ ਹੀ ਮਾਰਿਆ ਜੀ। ਜ਼ਿਲ੍ਹਾ ਫਾਜ਼ਿਲਕਾ ਵਿੱਚ ਨਵ ਵਿਆਹੀ ਲੜਕੀ ਨੇ ਆਪਣੇ ਸਹੁਰਿਆਂ 'ਤੇ ਦਾਜ ਲਈ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਦੂਜੇ ਪਾਸੇ ਸਹੁਰੇ ਪਰਿਵਾਰ ਵਾਲਿਆਂ ਨੇ ਵੀ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਦੋਸ਼ ਲਗਾਏ ਹਨ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜੇਰੇ ਇਲਾਜ ਲੜਕੀ ਰਾਜਕੌਰ ਜਿਸ ਦੀ ਉਮਰ 18 ਸਾਲ ਨੇ ਦੱਸਿਆ ਕਿ ਉਸਦਾ ਵਿਆਹ 15 ਫਰਵਰੀ 2023 ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸਿੰਘਪੁਰਾ ਢਾਣੀ ਵਿਖੇ ਗੁਰਮੀਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਨੇ ਦਾਜ ਲਈ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਹਸਬੰਡ ਨੇ ਬਹੁਤ ਮਾਰਿਆ ਕੁੱਟਿਆ ਅਤੇ ਗੂੰਜੀਆਂ ਸੱਟਾਂ ਲਗਾਈਆਂ ਅਤੇ ਪੇਟ 'ਚ ਜਿੱਦਾਂ ਸੱਟਾਂ ਲਗਾਈਆਂ, ਜਿੱਦਾਂ ਲੱਤਾਂ ਮਾਰੀਆਂ, ਬਹੁਤ ਕੁਛ ਕੀਤਾ, ਮੇਰਾ ਗਾਲ ਕੁੱਟਿਆ ਅਤੇ ਬਾਹਾਂ ਵੀ ਮਰੋੜੀਆਂ ਬਹੁਤ। ਵਜ੍ਹਾ ਸੀਗੀ, ਮੰਗ ਸੀਗੀ ਦਾਜ ਦੀ, ਕਹਿੰਦੇ ਸੀ ਮੋਟਰਸਾਈਕਲ ਦਵਾਓ ਆਪਣੇ ਮੰਮੀ ਡੈਡੀ ਤੋਂ। ਵਿਆਹ ਤੋਂ ਬਾਅਦ ਥੋੜ੍ਹੇ ਕੁ ਦਿਨਾਂ ਬਾਅਦ, 10-15 ਕੁ ਦਿਨਾਂ ਦੀ ਗੱਲ ਆ, ਮਰਨ ਕੁੱਟਣ ਲੱਗ ਗਏ, ਕਹਿੰਦੇ ਸੀ ਮੋਟਰਸਾਈਕਲ ਦਵਾ ਸਾਨੂੰ ਆਪਣੇ ਮੰਮੀ ਡੈਡੀ ਤੋਂ। 15 ਫਰਵਰੀ ਨੂੰ ਹੋਇਆ ਸੀ, ਇਸੇ ਸਾਲ? ਹਾਂਜੀ। ਤਿੰਨੋਂ ਕਰਦੇ ਸੀ, ਮੰਮੀ ਡੈਡੀ ਗੁਰਮੀਤ ਹਸਬੰਡ। ਮੇਰੇ ਹਸਬੰਡ ਕਹਿੰਦੇ ਸੀ ਤੈਨੂੰ ਮਾਰ ਹੀ ਦੇਣਾ, ਫਿਰ ਕਿਰਪਾਨਾਂ ਨਾਲ ਮੈਨੂੰ ਡਰਾਉਂਦਾ ਸੀ, ਮਾਰਦਾ ਸੀ, ਧਮਕਾਉਂਦਾ ਸੀ। ਹੋਰ ਵੀ ਮੇਰੀ ਬਾਹਾਂ ਵੀ ਮਰੋੜੀਆਂ, ਹੋਰ ਬਹੁਤ ਕੁੱਟਿਆ ਮਾਰਿਆ, ਮੇਰੇ ਮੂੰਹ 'ਤੇ ਵੀ ਮਾਰੀਆਂ, ਛੁਡਾਇਆ, ਆਪਣੇ ਆਪ ਹੀ ਛੁਡਾਇਆ, ਬਹੁਤ ਔਖਾ ਛੁਡਾਇਆ, ਬਹੁਤ ਔਖੀ ਬਚੀ ਮੈਂ ਇਹਦੇ ਤੋਂ, ਤਮਾ ਵੀ ਨਹੀਂ ਛੁਡਾਇਆ। ਮੈਂ ਰੋਂਦੀ ਰਹੀ, ਕਰਲਾਉਂਦੀ ਰਹੀ, ਮੰਮੀ ਡੈਡੀ ਮੈਨੂੰ ਛੁਡਾਓ, ਮਾਰਦਾ ਮਾਰਦਾ, ਅਤੇ ਫਿਰ ਉਹਨੇ ਨਹੀਂ ਛੁਡਾਇਆ ਮੈਨੂੰ। ਸਾਡੇ ਆਪਣੇ ਕੁੜੀ ਨੂੰ ਅਸੀਂ ਵਿਆਹਿਆ ਸੀ ਜੀ, ਅਤੇ 15 ਤਰੀਕ 2 ਮਹੀਨੇ ਫਰਵਰੀ ਇਸੇ ਸਾਲ ਦੇ ਵਿੱਚ ਵਿਆਹਿਆ ਸੀ ਇਹਨੂੰ ਜੀ, ਅਤੇ ਕੁੜੀ ਨੂੰ ਅਜੇ ਕੋਈ ਲਗਭਗ 3-4 ਮਹੀਨੇ ਹੋਏ ਆ ਜੇ ਜੀ। ਆਪਣੇ ਪਹਿਲਾਂ ਵੀ ਲੈ ਕੇ ਸ਼ੁਰੂ ਤੋਂ ਲੈ ਕੇ ਜਦੋਂ 10 ਕੁ ਦਿਨ ਵਸੀ ਆ ਉੱਥੇ, ਅਤੇ 10 ਦਿਨਾਂ ਬਾਅਦ ਵੀ ਇਹਨੂੰ ਕੁੱਟਮਾਰ ਕਰਨ ਲੱਗ ਪਿਆ, ਅਤੇ ਅਸੀਂ ਇੱਕ ਵਾਰੀ ਆਏ ਇਹਨੂੰ ਕੁੜੀ ਨੂੰ ਵੀ ਸਮਝਾ ਗਿਆ, ਕੁੜੀ ਨੂੰ ਵੀ ਮੁੰਡੇ ਨੂੰ ਵੀ ਕਿਹਾ, ਪਰ ਫਿਰ ਜੀ ਫਿਰ ਹਰਕਤਾਂ ਮਾੜੀਆਂ ਉਹ ਕਰਨ ਲੱਗ ਪਿਆ, ਅਤੇ ਆਪਣੇ ਮੁੰਡੇ ਦਾ ਬਾਪ ਵੀ ਅਤੇ ਆਪਣੇ ਮੁੰਡੇ ਦੀ ਮਾਂ ਵੀ, ਅਤੇ ਬਹੁਤ ਕੁੱਟਿਆ ਮਾਰਿਆ ਇਹਨਾਂ ਨੂੰ ਬਹੁਤ ਜ਼ਿਆਦਾ। ਅਤੇ ਇਹਨੂੰ ਅਸੀਂ ਜੀ ਅਸੀਂ ਲਿਆ ਕੇ ਹਸਪਤਾਲ ਵਿੱਚ ਇੱਥੇ ਆ ਕੇ ਜੀ ਇਹਨੂੰ ਐਡਮਿਟ ਕੀਤਾ ਜੀ, ਅਤੇ ਅਸੀਂ ਫਿਰ ਵੀ ਅਸੀਂ ਅੱਜ ਆਏ ਸੀ ਕੁੜੀ ਨੂੰ ਲੈਣ ਵਾਸਤੇ ਜੀ, ਉਹਨਾਂ ਬੰਦੇ ਮੰਗਾਏ ਹੋਏ ਸੀ ਬਾਹਰੋਂ ਬੰਦੇ, ਅਤੇ ਜਦੋਂ ਅਸੀਂ ਕੁੜੀ ਨੂੰ ਅਸੀਂ ਆਪਣੇ ਕੁੜੀ ਨੂੰ ਅੰਦਰ ਵੜਿਆ, ਕੁੜੀ ਥੱਲੇ ਲਗਭਗ ਥੱਲੇ ਡਿੱਗੀ ਪਈ ਸੀ, ਬੇਹੋਸ਼ੀ ਦੇ ਆਪਣੇ ਵਿੱਚ ਪਈ ਸੀ ਇਹ, ਇਹਨੂੰ ਕੁੜੀ ਨੂੰ ਚੱਕਿਆ ਚੁੱਕਿਆ ਪਾਣੀ ਪੂਣੀ ਪਿਆਇਆ ਇਹਨੂੰ ਅਸੀਂ, ਅਤੇ ਕੁੜੀ ਜਦੋਂ ਅਸੀਂ ਇਹਨੂੰ ਤੁਰ ਲੱਗੇ, ਕੁੜੀ ਕੋਲ ਤੁਰ ਨਹੀਂ ਹੋਇਆ, ਕੁੜੀ ਤੁਰ ਨਹੀਂ ਹੋਇਆ ਜੀ, ਫਿਰ ਅਸੀਂ ਕੁੜੀ ਨੂੰ ਲੈ ਗਏ, ਫੜ ਕੇ ਲੈ ਗਏ ਦੋ ਪਾਸੋਂ, ਫੜ ਕੇ ਜੀ ਫਿਰ ਮੈਂ ਗੱਡੀ 'ਚ ਪਾਇਆ ਜੀ, ਫਿਰ ਜੀ ਮੈਂ ਲਿਆ ਕੇ ਇੱਥੇ ਦਾਖਲ ਕਰਤਾ ਜੀ। ਅਤੇ ਤਕਰੀਬਨ ਜੀ ਉਹਨਾਂ ਸਾਡੇ ਦੇ ਮੌਕਾ ਬਣਾਇਆ ਸੀ, ਜਦੋਂ ਅਸੀਂ ਅੰਦਰ ਐਂਟਰ ਹੋਏ ਹਾਂ ਅਤੇ ਉਹਨਾਂ ਜੀ ਫਿਰ ਸਾਡੇ ਵੀ ਉਹਨਾਂ ਗੇਟ ਬੰਦ ਕਰਤਾ ਜੀ, ਫਿਰ ਗੇਟ ਬੰਦ ਕਰਤਾ ਜੀ, ਅਸੀਂ ਜਦੋਂ ਗੇਟ ਖੁਲਵਾਉਣ ਲੱਗੇ ਆ ਉਹ ਸਾਡੇ ਗਲ ਪਏ ਆ, ਅਤੇ ਬਾਹਰੋਂ ਬੰਦੇ ਮੰਗਾਏ ਸੀ ਉਹ ਵੀ ਸਾਡੇ ਜਾਣੀ ਕਿ ਗਲ ਪਏ ਆ, ਬਾਕੀ ਇੰਨਾ ਜੀ ਅਸੀਂ ਮਸਾਂ ਬਚ ਕੇ ਉੱਥੋਂ
ਮਸਾਂ ਬਚ ਕੇ ਨਿਕਲੇ ਹਾਂ ਜੀ ਅਸੀਂ। ਸੂਬੇ ਅੰਦਰ ਲਗਾਤਾਰ ਦਾਸ਼ ਨੂੰ ਲੈ ਕੇ ਔਰਤਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰਹਰ ਸਾਹਿਬ ਦੇ ਪਿੰਡ ਮਹੰਤਾਵਾਲਾ ਤੋਂ ਸਾਹਮਣੇ ਆਇਆ, ਜਿੱਥੇ 2 ਮਹੀਨੇ ਪਹਿਲਾਂ ਵਿਆਹੀ ਵਿਆਹਤਾ ਨਾਲ ਸਹੁਰਾ ਪਰਿਵਾਰ ਵੱਲੋਂ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਤੋਂ ਦੁਖੀ ਹੋ ਕੇ ਵਿਆਹਤਾ ਨੇ ਕੋਈ ਜ਼ਹਿਰੀਲੀ ਚੀਜ਼ ਪੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਟ ਮਾਰ ਇਹਨੂੰ ਪਹਿਲਾਂ ਵੀ ਕਰਦੇ ਸੀ, ਕੱਲ ਵੀ ਕੁੱਟ ਮਾਰ ਕੁੜੀ ਨੂੰ ਕੀਤੀ, ਬਹੁਤ ਕੁਛ ਇਹਦੇ ਨਾਲ ਕੀਤਾ। ਮੇਰੇ ਨਾਲ ਕੁੜੀ ਨੇ ਗੱਲ ਕੀਤੀ, ਮੰਮੀ ਮੈਨੂੰ ਕੁੱਟ ਮਾਰ ਕੀਤੀ ਏ, ਇੱਕ ਵਾਰੀ ਉਹਨੂੰ ਘਰੇ ਲਿਆਂਦਾ। ਉਸ ਤੋਂ ਬਾਅਦ ਸੁਬਾਹ ਸਮਾਨ ਲੈਣ ਵਾਸਤੇ ਗਈ, ਪਤਾ ਨਹੀਂ ਇਹਨਾਂ ਕੀ ਕੁਛ ਨਹੀਂ ਖਵਾਇਆ ਉਹਨੂੰ, ਕੀ ਨਹੀਂ, ਕੁੜੀ ਕੁਛ ਨਹੀਂ। ਜਦੋਂ ਆਈ ਘਰੇ ਡਿੱਗ ਗਈ, ਅਸੀਂ ਮਰੀ ਪਾਈ ਏ। ਮੇਰੀ ਬੱਚੀ ਤੋਂ ਦਾਜ ਦੀਆਂ ਡਿਮਾਂਡਾਂ ਮੰਗਦੇ ਸੀ ਤੇ ਹਰ ਚੀਜ਼ ਡਿਮਾਂਡ ਇਹਨਾਂ ਸਮਾਨ ਦੀ ਰੱਖੀ, ਸੱਸ ਨਹੀਂ ਟਿਕਣ ਦਿੰਦੀ, ਸਾਰੇ ਘਰ ਪਰਿਵਾਰ ਸਹੁਰਾ ਪਰਿਵਾਰ ਸਾਰਾ ਤੰਗ ਕਰਦਾ ਸੀ ਮੇਰੀ ਬੱਚੀ ਨੂੰ। ਮੇਰੀਆਂ 4 ਲੜਕੀਆਂ ਨੇ, ਲੜਕਾ ਨਹੀਂ ਏ, ਔਰ ਮੇਰੇ ਘਰ ਵਾਲੇ ਨਾਲ ਐਕਸੀਡੈਂਟ ਨਾਲ ਲੱਤ ਟੁੱਟੀ ਏ, ਕੰਮ ਨਹੀਂ ਹੁੰਦਾ ਉਹਨਾਂ ਤੋਂ, ਐਕਸੀਡੈਂਟ ਹੋਇਆ ਸੀ, ਲੱਤ ਟੁੱਟੀ ਹੋਈ ਏ। ਅਸੀਂ ਆਪ ਕੰਮ ਕਰਦੇ ਹਾਂ, ਔਰ ਸਮਾਨ ਪਿੱਛੇ ਔਰ ਵਿਆਹ ਦਾ ਕਰਜ਼ਾ ਚੜਿਆ ਹੋਇਆ ਉਹ ਤਾਰਨ ਪਿੱਛੇ ਅਸੀਂ ਕੰਮ ਤੇ ਗਏ ਹਾਂ। ਅਸੀਂ ਆਪਣੀ ਮਿਹਨਤ ਕਰਕੇ, ਮੇਰੀ ਲੜਕੀ ਨੇ ਮੈਨੂੰ ਦੱਸਿਆ ਫੋਨ ਤੇ, ਮੰਮੀ ਮੈਨੂੰ ਮਾਰਿਆ ਇਹਨਾਂ। ਮੈਂ ਉਹਨੂੰ ਕਿਹਾ ਮੈਂ ਸਵੇਰੇ ਪਹੁੰਚ ਜਾਵਾਂਗੀ, ਵਾਲਾਂ ਤੋਂ ਪੜਿਆ, ਗਲਾ ਦਬਾਇਆ ਹੁੰਦਾ, ਪਤਾ ਨਹੀਂ ਕੀ ਕੁਝ ਕੀਤਾ ਏ, ਮੈਨੂੰ ਕੁਝ ਨਹੀਂ ਪਤਾ। ਮੇਰੀ ਬੱਚੀ ਨੂੰ ਖਾ ਗਏ ਨੇ, ਮੇਰੀ ਬੱਚੀ ਮਰੀ ਪਾਈ ਏ, ਮੈਂ ਇਹਦੇ ਸਹੁਰੇ ਪਰਿਵਾਰ ਨੇ ਮਾਰ ਦਿੱਤੀ ਏ, ਇਹਨਾਂ ਦੀ ਕਾਰਵਾਈ ਕੀਤੀ ਏ। ਮੈਨੂੰ ਇਨਸਾਫ ਚਾਹੀਦਾ, ਮੇਰੀ ਬੱਚੀ ਨੇ ਇਨਸਾਫ ਦਿਓ ਮੈਨੂੰ, ਮੇਰੀ ਬੱਚੀ ਲਈ ਇਨਸਾਫ ਮੰਗਦੀ ਆ। ਮੇਰੀਆਂ 4 ਬੇਟੀਆਂ ਨੇ, ਮੈਨੂੰ ਇਨਸਾਫ ਚਾਹੀਦਾ, ਇਹਨਾਂ ਨੂੰ ਸਜ਼ਾ ਦਵਾਈ ਜਾਵੇ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਡੈਡ ਬੋਡੀ ਆਈ ਆਪਣੇ ਕੋਲ ਜੀ। ਹਾਂ, ਸਾਡੇ ਕੋਲ ਸੁਬਹ ਕਰੀਬ 10:30 ਵਜੇ ਦੇ ਕਰੀਬ ਨੇਹਾ ਰਾਣੀ ਪਤਨੀ ਰਕੇਸ਼ ਰਹਿਣ ਵਾਲੇ ਚੱਕ ਮੰਤਾਂ ਦੇ ਹੈ, ਉਹਨੂੰ ਲੈ ਕੇ ਆਏ ਸੀ ਉਹਦੇ ਪੇਰੈਂਟਸ ਸਾਡੇ ਕੋਲ। ਸਾਡੇ ਕੋਲ ਜਦੋਂ ਹੋਸਪਿਟਲ 'ਚ ਲੈ ਕੇ ਆਏ ਅਸੀਂ ਉਹਨੂੰ ਚੈੱਕ ਕੀਤਾ ਤਾਂ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਸਰ। ਅਸੀਂ ਜੋ ਐਗਜ਼ਾਮਿਨ ਕਰਨਾ ਉਹ ਐਗਜ਼ਾਮਿਨ ਕੀਤਾ, ਉਹ ਤੋਂ ਬਾਅਦ ECG ਕਰਾਈ ਗਈ, ਉਹ ਫਲੈਟ ਲਾਈਨ ਆਈ ਤਾਂ ਅਸੀਂ ਡੈੱਡ ਡਿਕਲੇਅਰ ਕਰਤਾ। ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਔਰ ਉਹ ਬੋਡੀ ਰਿਸੀਵ ਕਰਨ ਲਈ ਆਏ ਹੋਏ ਹੈ। ਸਰ, ਕੀ ਲੱਗਦਾ, ਸੁਸਾਈਡ ਹੈ ਜਾਂ ਕੁਛ ਪੋਇਜ਼ਨਿੰਗ ਵਗੈਰਾ? ਬਾਹਰੋਂ ਐਕਸਟਰਨਲ ਜਿਹੜਾ ਅਪੀਅਰੈਂਸ ਹੈ ਉਹਨੂੰ ਦੇਖਣ 'ਚ ਤਾਂ ਸਭ ਕੁਛ ਨੋਰਮਲ ਹੀ ਲੱਗ ਰਿਹਾ, ਕੁਛ ਇਹ ਜਿਹਾ ਮਿਲਿਆ ਨਹੀਂ, ਕੁਛ ਬਾਹਰ ਇੰਜਰੀ ਦਾ ਸਾਈਨ ਵਗੈਰਾ, ਬਾਕੀ ਜੋ ਹੈ ਕਨਫਰਮ ਪੋਸਟਮਾਰਟਮ ਰਿਪੋਰਟ ਤੋਂ ਹੋਏਗਾ। ਕੁਛ ਗਲੇ ਦੇ ਨਿਸ਼ਾਨ ਵੀ ਹੈਗੇ? ਨਹੀਂ, ਦੇਖਣ 'ਚ ਇਹ ਜਿਹਾ ਕੁਛ ਨਹੀਂ ਮਿਲਿਆ, ਠੀਕ ਹੈ, ਪਰ ਇਹ ਹੈਗਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਆਪਾਂ ਕਨਫਰਮ ਕਰ ਪਾਵਾਂਗੇ ਕਿ ਮੌਤ ਦਾ ਕਾਰਨ ਕੀ ਸੀ। ਠੀਕ। ਕੀ ਮਸਲਾ ਸੀ? ਸਿਵਲ ਹੋਸਪਿਟਲ ਡੈੱਡ ਬੋਡੀ ਪਈ, ਕਹਿੰਦੇ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਕਿ ਸਹੁਰੇ ਪਰਿਵਾਰ ਵੱਲੋਂ ਕੁੜੀ ਮਾਰਿਆ ਗਿਆ। ਹਾਂ, ਨੇਹਾ ਸਾਡੇ ਕੋਲ ਨਾ ਹੁਣ ਇੱਕ ਰੁੱਕਾ ਮਸੂਲ ਹੋਇਆ, ਨੇਹਾ ਪਤਨੀ ਰਕੇਸ਼। ਨੇਹਾ ਦਾ ਸਾਨੂੰ ਪਤਾ ਲੱਗਿਆ ਵੀ ਇਹਨੇ ਸੁਸਾਈਡ ਕਮਿਟ ਕੀਤਾ, ਬਾਕੀ ਇਹਦੇ ਸੰਬੰਧੀ ਮੈਂ ਮੌਕੇ 'ਤੇ ਜਾ ਰਿਹਾ ਅਤੇ ਇਹ ਅਸੀਂ ਜਿਹੜਾ ਹੈਗਾ ਜਿਹੜੀ ਪੜਤਾਲ ਅਸੀਂ ਕਰਾਂਗੇ, ਜਿਹੜੇ ਤੱਤ ਸਾਹਮਣੇ ਆਉਣਗੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ। ਪਿਤਾ ਵੱਲੋਂ ਸਰ ਆਰੋਪ ਲਗਾਇਆ ਗਿਆ ਵੀ ਰਾਤ ਕੁੱਟਮਾਰ ਕੀਤੀ ਗਈ ਬੱਚੀ ਨਾਲ, ਬੱਚੀ? ਹਾਂ, ਅਸੀਂ ਉਹ ਪੜਤਾਲ ਕਰ ਰਹੇ ਹਾਂ, ਅਸੀਂ ਸਾਰੇ ਜਿੰਨੇ ਵੀ ਹੈਗੇ ਆ ਉਹਦੇ ਜਿਹੜੇ ਉਹਨਾਂ ਦੇ ਸਵਾਲ ਆ ਉਹਨਾਂ ਨੂੰ ਸਾਰੇ ਜਿਹੜੇ ਉਹਨਾਂ ਨੂੰ ਕਲਮਬੰਦ ਕਰਾਂਗੇ, ਉਹਦੇ ਸੰਬੰਧੀ ਅਸੀਂ ਜਿਹੜੀ ਹੈਗੀ ਆ ਪੜਤਾਲ ਕਰਾਂਗੇ, ਜਿਹੜੇ ਤਾਂ ਸਾਹਮਣੇ ਹੋਣਗੇ ਐਜ਼ ਪਰ ਲਾਅ ਕਾਰਵਾਈ ਕਰਾਂਗੇ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪੂਰੇ ਦੇਸ਼ ਵਿੱਚ 21 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਪੁਲਿਸ ਯਾਦਗਾਰੀ ਦਿਨ, ਜਿਨ੍ਹਾਂ 10 ਜਵਾਨਾਂ ਦੀ ਸ਼ਹਾਦਤ ਉਪਰੰਤ ਸ਼ੁਰੂ ਹੋਇਆ ਸੀ, ਉਹਨਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਤਹਿਸੀਲ ਗੜਸ਼ੰਕਰ ਦੇ ਪਿੰਡ ਕਿਤਨਾ ਦਾ ਜਵਾਨ ਸਰਵਣ ਦਾਸ ਵੀ ਸ਼ਾਮਲ ਸੀ। 21 ਅਕਤੂਬਰ 1959 ਨੂੰ ਜੰਮੂ ਕਸ਼ਮੀਰ ਦੇ ਲੱਦਾਖ ਦੇ ਹੋਂਟ ਸਪ੍ਰਿੰਗਸ ਖਿੱਤੇ 'ਚ CRPF ਦੇ 10 ਜਵਾਨਾਂ ਨੂੰ ਚੀਨ ਦੇ ਸੈਨਿਕਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 1961 ਤੋਂ ਉੱਥੇ ਬਣੇ ਸ਼ਹੀਦੀ ਸਮਾਰਕ 'ਤੇ ਸਾਰੇ ਰਾਜਾਂ 'ਚੋਂ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਆਪਣੇ ਆਪਣੇ ਨੁਮਿੰਦੇ ਭੇਜ ਕੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ ਅਤੇ CRPF ਵੱਲੋਂ ਤਾਂ ਉਸ ਸਥਾਨ ਨੂੰ ਇੱਕ ਤਰ੍ਹਾਂ ਨਾਲ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ। 16,000 ਫੁੱਟ 'ਤੇ -20 ਡਿਗਰੀ ਟੈਂਪਰੇਚਰ 'ਚ ਇਹ ਲੜਾਈ ਹੋਈ ਸੀ।
उहदे विच साडे देश दे 10 जवान शहीद हो जांदे आ, जिन्हां दे विच साडे ताया जी शहीद सरवन दास भी हुंदे ने। पंजाब दे इह कल्ले ही आ, मतलब उहनां 10 शहीदां च ते CRPF दे भी पंजाब दे पहले शहीद आ। सानू पता लगा 2015 दे विच DIG सुनील थोरपे ने उत्थों अपने बंदे भेजे, उन्होंने दस्सिया पहली बारी आए मतलब उन्होंने संतुष्टियां, दूसरी बारी आए उन्होंने फिर संतुष्टि हो गई, फिर चलो सानू भी पता लग गया भी इदां उन्होंने डॉक्यूमेंट मिले, एक थाल मिले उन्होंने बेल्ट, मतलब थाल हसे भी वह अभी वरतते हैं घर। फिर सारे पिंड नूं भी पता लग्या, उन्होंने कहा भी चलो स्कूल का नाम भी करा लो, फिर पंचायत ने रल के रेजुलेशन पाया, मतलब आ जगह च उन्हां दा स्टैचू लग्या, जिहड़ा उन्हां दा जद्दी घर है उत्थे मंदिर बनाता, उन्होंने नाँ से समाध बनाती। फिर सानू पता लगता है 2015 के जो जलंधर तो कुछ जवान आते हैं, वो सानू दसते हैं, पहली बारी आते फिर भी नहीं कुछ पता लगता, दूसरी बारी आते दसते फिर सारी गलबात सुनते हैं, फिर रिसर्च भी होंगी, फिर सारा कुछ पता लग जाता है। शहीदों की चिताएं पर लगेंगे हर वर्ष मेले, वतन पर मरने वालों का यही निशा होगा। सन 21 अक्टूबर 1959 में शहीद हुए श्री सरवन दास की समाधि अज असी फुल चढ़ाने हाँ, जिहड़े पहले शहीद 21 अक्टूबर 1959 नूं देश दे पहले शहीद चाइना बॉर्डर ते अपने आप नूं देश दे बदले अपनी जान नूं कुर्बान कर गए, असी उन्हां नूं याद नूं किवें भुल सकते हाँ। सो देशवासियो, मैं आप नूं सुनेहा देना चाहना हाँ, उन्हां दे माता पिता पागल हो गए, कमले हो गए, चढ़दी जवानी दे विच अपने बच्चे नूं शहीद होना कदे किसे माँ बाप तो बर्दाश्त नहीं हुंदा। अज उन्हां दी याद दे विच स्मारक साडे पिंड इलाके नूं ए माण है, शहीद दे नां ते शहीद सरवन दास मिडल स्कूल कितना उन्हां दे नां ते स्मारक असी अज तक किसे सरकार ने इन्हां वल कोई ध्यान नहीं दिता, सड़कां कच्चियां कोई पुछदा नहीं, शहीद दे नां ते किसे ने कोई ग्रांट नहीं दिती, प्राइमरी स्कूल जिहड़ा आ इन्हां दे सहयोग नाल चलदा, इन्हां दे अध्यापक जिहड़े आ इन्हां ने अपने रखे हो आ, जिन्हां नूं तनखाह दिंदे आ, इह तों वड्डी होर की गल हो सकदी आ। लुधियाणा विच बीते देर रात नूं करोड़ां रुपए की लुट करन दा मामला सामने आया, मिली जानकारी अनुसार लुधियाणा दे राजगुरू नगर विच इह ATM विच कैश जमा करवाउण वाली कंपनी CMS तो करीब 10 करोड़ रुपए की लुट की गई, तो यह घटना बीती रात करीब 1 बजे तो दसी जा रही है। मिली जानकारी अनुसार शुक्रवार देर रात 10 लोग कंपनी के कैंपस में दाखिल होए, तो इन्हों 2 लोग पिछले रास्ते राही कंपनी दफ्तर में दाखिल होए, तो दरवाजा खोल दिता, जिस तो बाद बाकी आरोपी अंदर आए तो उत्थे तैनात 2 गार्ड और 3 कर्मचारियों बंधक बना दिता, तो जिस तो बाद नकदी लुट के फरार हो गए। लुधियाणा विखे CMS कैश ट्रांसफर सिक्योरिटी एजेंसी है, उन्हां दा राजगुरू नगर विखे एक ऑफिस है जिथे इन्हां दीआं कैश वैन खड़दियां, जिहड़ियां लगभग 1500 कैश वैन इत्थे खड़दी रात, उहदे विच इत्थे जिहड़ी एक घटना होई है विच कंपनी दस्सिया कि 2 करोड़ तों करीब दा अमाउंट है पिया, कुर्मी उहदे विच इन्हे इन्हां कमरियां च ताड़ के वह कैश लुट गए, उहदे विच असी जिहड़ी पहली पाल तों आया इन्हां लगभग 4-5 जणां दे सी, ते 2 आर्म्ड सिक्योरिटी गार्ड भी हाजिर सी, उहनां दे वैपन भी इत्थे पए, इन्हां दसण मुताबक भी इन्हां ताड़ दित्ता ते उह सिक्योरिटी गार्ड प्रोटेक्ट नहीं कर पाए, अंदर कैश करंट चैस्ट भी है उहदे विच कैश बाहर फ्री फ्लो, जिहड़े आदमी वह लैके चले गए उहदे हुण दी इह काउंट कर रही है उहदे विच लगभग 4 करोड़ दे कैश इत्थे ही पिया हजे, मतलब इहदा कहण दा मतलब कि 7 करोड़ दी जां 7 करोड़ दी हजे गिन रहे आ कैश, हजे काफ़ी कैश जिहड़ा उवें ही उहनां कोल है, उहदे विच जिहड़े मुढ़ले तौर तों असानूं ट्रैक होर इंपोर्टेंट गल सी, लगभग इह दस्सिया गया कि 2 बजे दे करीब ਸੁਬਾ ਇਹਨਾਂ ਨੇ 7 ਵਜੇ ਦੇ ਕਰੀਬ ਅਸੀਂ ਡਾਕਖਾਨਾ ਚਿਰ ਅੰਦਰ ਫਿਰੇ 7 ਵਜੇ ਦੇ ਕਰੀਬ ਸਾਨੂੰ ਕੰਟਰੋਲ ਰੂਮ 'ਤੇ ਇਨਫੋਰਮੇਸ਼ਨ ਆਈ, ਸਾਰੇ ਅਫਸਰ ਆ ਗਏ ਜੋ ਵਾਈਟਲ ਦਾ ਉਹ ਚੈੱਕ ਕਰਦੇ ਹਾਂ, ਉਹਦੇ ਵਿੱਚੋਂ ਇੱਕ ਕੈਸ਼ ਵੈਨ ਸਾਨੂੰ ਅਸੀਂ ਮੁੱਲਾਪੁਰ ਦਾਖੇ ਏਰੀਏ ਦੇ ਵਿੱਚ ਟਰੇਸ ਕਰ ਲਈ ਹੈ, ਉੱਥੇ ਸਾਡੀ ਪਾਰਟੀ ਪਹੁੰਚ ਗਈ ਆ, ਉਹ ਕੈਸ਼ ਵੈਨ ਅਬੰਡਨਡ ਪਈ ਹੈ, ਉਹਦੇ ਵਿੱਚ 2 ਵੈਪਨ ਵੀ ਪਏ ਹੈ,
वो असी कैश वैन तो अगे असी जिहड़ियां स्विफ्टली कम करदे आ करदे आ उहदे विच हुण तक ट्रेस हो गया बाकी केसां वांगू भी ਇਹ ਕੇਸ ਵੀ ਅਸੀਂ ਪੂਰਾ ਜ਼ੋਰ ਲਾ ਕੇ ਇਹਨੂੰ ਅਨਾਊਂਸ ਕਰਾਂ ਨਹੀਂ ਜਿਹੜੀ ਵੈਨ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਦੋ ਤਿੰਨ ਮੁੱਢਲੀਆਂ ਗੱਲਾਂ ਇਹਦੇ 'ਚ ਇਹ ਹੈ ਐਡਾ ਹਿਊਜ ਅਮਾਊਂਟ ਅਤੇ ਜਿਹੜੇ ਸਿਕਿਉਰਿਟੀ ਗਾਰਡ ਡੇ ਟਾਈਮ ਵੀ ਡਿਊਟੀ ਦਿੱਤੀ ਸੀ ਕਹਿੰਦੇ ਉਹਨਾਂ ਨੇ ਅਤੇ ਉਹ ਗਾਰਡਾਂ ਦੀ ਡਿਊਟੀ ਐਕਸਟੈਂਡ ਹੋ ਕੇ ਰਾਤ ਦੀ ਡਿਊਟੀ ਵੀ ਦੇ ਰਹੇ ਆ ਅਤੇ ਦੋ ਵੈਪਨ ਵੀ ਉਹਨਾਂ ਕੋਲ ਵੈਪਨ ਵਾਲਾ ਬੰਦਾ ਰਿਐਕਟ ਨਹੀਂ ਕਰ ਪਾਇਆ ਕੈਸ਼ ਨੂੰ ਕੈਸ਼ ਚੈਸਟ ਦੇ ਵਿੱਚ ਰੱਖਣ ਦੀ ਬਜਾਏ ਫਰੀ ਫਲੋ ਦੇ ਵਿੱਚ ਰੱਖਿਆ ਹੋਇਆ ਅਤੇ ਉਹਦੀ ਉਦੋਂ ਇਲਾਵਾ ਫਿਰ ਡੇਢ ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਡੇਢ ਵਜੇ ਘਟਨਾ ਦੱਸੀ ਜਾ ਰਹੀ ਹੈ ਅਤੇ ਲਗਭਗ 7 ਵਜੇ ਕਰਦੇ ਜਦਕਿ ਦਿਨ ਵੀ ਜੇ ਘੜੀਆਂ ਉਹਨਾਂ ਦੇ ਕੋਲ ਹੈ ਦੱਸਿਆ ਵੀ ਮੋਬਾਈਲ ਸਾਡੇ ਤੋੜ ਕੇ ਉੱਥੇ ਸਿੱਟਤੇ ਘੜੀਆਂ ਉਹਨਾਂ ਦੇ ਕੋਲ ਹੈ ਅਤੇ ਉਹ 7 ਵਜੇ ਦੇ ਕਰੀਬ ਕਹਿੰਦੇ ਦਰਵਾਜ਼ਾ ਤੋੜ ਕੇ ਅਸੀਂ ਬਾਹਰ ਆਏ ਹਾਂ ਅਤੇ ਫਿਰ ਅਸੀਂ ਉਹਨੂੰ ਦੱਸਿਆ ਅਸੀਂ ਹਰ ਐਂਗਲ ਤੋਂ ਕਿਉਂਕਿ ਇਹਦੇ ਵਿੱਚ ਇਹਨਾਂ ਦੇ ਕਈ ਸੈਂਸਰਸ ਲੱਗੇ ਹੋਏ ਹੈ ਸੈਂਸਰਸ ਨੂੰ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੂੰ ਜਿਵੇਂ ਪਤਾ ਸੈਂਸਰ ਨੂੰ ਕੱਟ ਕੇ ਤਾਰ ਕੱਟ ਦਿੱਤੀ ਗਈ ਹੈ ਡੀ ਵੀ ਆਰ ਆ ਲੈ ਗਏ ਹੈ ਅਤੇ ਇਹਦਾ ਮਤਲਬ ਜਿਹੜੀ ਕਿੱਥੇ ਸੈਂਸਰ ਲੱਗੇ ਆ ਕਿੱਥੇ ਸੀ ਸੀ ਟੀ ਵੀ ਕੈਮਰਾ ਲੱਗਿਆ ਅਤੇ ਡੀ ਵੀ ਆਰ ਕਿੱਥੇ ਪਈ ਹੈ ਉਹ ਪਤਾ ਅਤੇ ਹੁਣ ਇਹਦੇ 'ਚ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਸਾਨੂੰ ਮੁੱਢਲੇ ਤੌਰ 'ਤੇ ਮੋਟੇ ਤੌਰ 'ਤੇ ਕ੍ਰਾਈਮ ਕਰਾਂਗੇ ਜੇ ਬਾਕੀ ਕੇਸਿਸ ਹੋਇਆ ਇਹ ਵੀ ਟਰੇਸ ਕਰ ਲਾਂਗੇ ਪਰ ਜਿਹੜੀ ਮੇਨ ਵੱਡੀ ਗੱਲ ਹੈ ਮੁੱਢਲੇ ਤੌਰ 'ਤੇ ਇਹ ਗੱਲ ਕਹਿ ਸਕਦਾ ਇੱਕ ਬਹੁਤ ਹੀ ਮਤਲਬ ਅਣਗਹਿਲੀ ਵੀ ਉਸ ਲੈਵਲ ਦੀ ਵੀ ਜੇ ਤੁਸੀਂ ਆਪਦਾ ਹੀ ਚੀਜ਼ ਨੂੰ ਆਪਦੀ ਸੁਰੱਖਿਆ ਨਹੀਂ ਕਰ ਸਕਦੇ ਆਪਦੀ ਸੇਫਟੀ ਨਹੀਂ ਉਹ ਕਰ ਸਕਦੇ ਫਿਰ ਅਲਟੀਮੇਟਲੀ ਤਾਂ ਜਿਹੜਾ ਉਹਨੂੰ ਪਾਕਿਸ ਨੂੰ ਵੀ ਇਹਦੇ 'ਚ ਸਾਡਾ ਕੈਸ਼ ਲੈ ਗਏ ਜੀ ਉਹ ਹੋ ਗਏ ਪਰ ਅਸੀਂ ਇਹਨੂੰ ਕੇਸ ਨੂੰ ਜਿਵੇਂ ਬਾਕੀ ਕੇਸ ਟਰੇਸ ਕੀਤੇ ਆ ਸਾਰੇ ਪਾਸੋਂ ਸਾਡੀ ਵੱਖ ਵੱਖ ਸਵੇਰ ਤੋਂ ਹਾਜ਼ਰ ਹੈ ਇਹਦੇ 'ਚ ਵਰਕ ਕਰ ਰਹੇ ਆ ਪੁਲਿਸ ਵੀ ਕਰ ਰਹੀ ਹੈ ਹੋਰ ਜਿਹੜੇ ਸਾਡੇ ਜਿਹੜੇ ਸਪੋਰਟ ਵਿੰਗਸ ਜਿਹੜੀ AGTF ਹੈ ਜਿਹੜੀ ਇੰਟੈਲੀਜੈਂਸ ਜਾਂ ਹੋਰ ਹੈ ਇੰਟੈਲੀਜੈਂਸ ਹੈ ਸਾਰੇ ਅਸੀਂ ਇਹਦੇ 'ਤੇ ਲੱਗੇ ਹੋਏ ਹਾਂ ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਆਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ